ਸਟਾਰਟ 60 ਦੇ ਦਹਾਕੇ ਦੇ ਆਖਰੀ ਸਾਲਾਂ ਵਿੱਚ ਇੰਦਰਾ ਗਾਂਧੀ ਆਪਣੀ ਪਾਰਟੀ ਦੇ ਸੀਨੀਅਰ ਖੇਤਰੀ ਲੀਡਰਾਂ ਕਾਮਰਾਜ ਚੰਦਰਪਾ ਨੂੰ ਗੁਪਤ ਵਗੈਰਾ ਦੇ ਨਾਲ ਪ੍ਰਭੂਸੱਤਾ ਦਾ ਸੰਘਰਸ਼ ਕਰ ਰਹੀ ਸੀ। ਡੰਡੀ ਉਹਨਾਂ ਦੇ ਪਿਤਾ ਦੀ ਅਗਵਾਈ ਵਿੱਚ ਕਰ ਚੁੱਕੇ ਇਹ ਨੇਤਾ ਇੰਦਰਾ ਗਾਂਧੀ ਨੂੰ ਗੂੰਗੀ ਗੁੜੀਆ ਤੋਂ ਵਧੇਰੇ ਮੰਨਣ ਲਈ ਤਿਆਰ ਨਹੀਂ ਸਨ। ਡੰਡੀ ਉਹਨਾਂ ਦਾ ਇਰਾਦਾ ਸਾਫ਼ ਸੀ ਕਿ ਜਾਂ ਤਾਂ ਇੰਦਰਾ ਗਾਂਧੀ ਉਹਨਾਂ ਦੀ ਕਠਪੁਤਲੀ ਬਣ ਜਾਵੇ ਜਾਂ ਫਿਰ ਦਰਵਾਜ਼ਾ ਦੇਖੇ। ਡੰਡੀ ਇਸ ਹਾਲਾਤ ਨਾਲ ਨਜਿੱਠਣ ਲਈ ਇੰਦਰਾ ਗਾਂਧੀ ਨੇ ਇੱਕ ਦੋ ਪੜਾਵਾਂ ਦੀ ਰਣਨੀਤੀ ਬਣਾਈ। ਡੰਡੀ ਪਹਿਲੇ ਪੜਾਅ ਵਿੱਚ ਉਹਨਾਂ ਨੇ ਰਾਸ਼ਟਰਪਤੀ ਚੋਣਾਂ ਵਿੱਚ ਵੋਟਿੰਗ ਦੇ ਸਵਾਲ ਉੱਤੇ ਕਾਂਗਰਸ ਨੂੰ ਵੰਡ ਦਿੱਤਾ। ਡੰਡੀ ਉਹਨਾਂ ਨੇ ਆਤਮਾ ਦੀ ਆਵਾਜ਼ ਉੱਤੇ ਵੋਟ ਦੇਣ ਦੀ ਅਪੀਲ ਕੀਤੀ ਤਾਂ ਕਿ ਇਹਨਾਂ ਲੀਡਰਾਂ ਦੇ ਉਮੀਦਵਾਰ ਨੀਲਮ ਸੰਜੀਵ ਰੈਡੀ ਦੇ ਮੁਕਾਬਲੇ ਖੜ੍ਹੇ ਵੀਵੀ ਗਿਰੀ ਚੋਣ ਜਿੱਤ ਜਾਣ। ਡੰਡੀ ਨਾਰਾਜ਼ ਹੋ ਕੇ ਇਹ ਵੱਡੇ ਨੇਤਾ ਵੱਖਰਾ ਕਾਂਗਰਸ ਸੰਗਠਨ ਬਣਾ ਕੇ ਵੱਖ ਹੋ ਗਏ। ਡੰਡੀ ਇੰਦਰਾ ਗਾਂਧੀ ਕੋਲ ਉਹਨਾਂ ਦੇ ਨਾਂ ਦੀ ਪਾਰਟੀ ਇੰਦਰਾ ਕਾਂਗਰਸ ਰਹਿ ਗਈ ਪਰ ਉਹ ਹੁਣ ਆਜ਼ਾਦ ਹੋ ਚੁੱਕੀ ਸੀ। ਡੰਡੀ ਫਿਰ ਉਹ ਚੋਣਾਂ ਵਿੱਚ ਉਤਰੀ ਅਤੇ ਗਰੀਬੀ ਹਟਾਓ ਦਾ ਨਾਰਾ ਦੇ ਕੇ ਮੈਦਾਨ ਜਿੱਤ ਲਿਆ। ਡੰਡੀ ਇਹ ਵਾਕ ਇਤਿਹਾਸ ਵਿੱਚ ਦਰਜ ਹੋ ਚੁੱਕਾ ਹੈ। ਡੰਡੀ ਇਸ ਨਾਲ ਦੇਸ਼ ਦੀ ਰਾਜਨੀਤੀ ਦੀ ਦਿਸ਼ਾ ਬਦਲ ਗਈ। ਡੰਡੀ ਜੇਕਰ ਇੰਦਰਾ ਗਾਂਧੀ ਪਾਰਟੀ ਨਾ ਤੋੜਦੀ ਤਾਂ ਸੀਨੀਅਰ ਨੇਤਾ ਉਹਨਾਂ ਨੂੰ ਗਰੀਬੀ ਹਟਾਓ ਦਾ ਨਾਰਾ ਨਾ ਦੇਣ ਦਿੰਦਾ। ਡੰਡੀ ਦਰਅਸਲ ਉਹ ਉਹਨਾਂ ਨੂੰ ਕੋਈ ਨਵਾਂ ਕੰਮ ਕਰਨ ਹੀ ਨਾ ਦਿੰਦੇ। ਡੰਡੀ ਇਸ ਘਟਨਾਕ੍ਰਮ ਤੋਂ ਪਤਾ ਲੱਗਦਾ ਹੈ ਕਿ ਰਾਜਨੀਤੀ ਅਤੇ ਰਣਨੀਤੀ ਦਾ ਬੜਾ ਗੂੜਾ ਸੰਬੰਧ ਹੁੰਦਾ ਹੈ। ਡੰਡੀ ਰਾਜਨੀਤੀ ਸਫਲ ਹੀ ਉਦੋਂ ਹੁੰਦੀ ਹੈ ਡੰਡੀ ਜਦੋਂ ਕੁਸ਼ਲ ਰਣਨੀਤੀ ਬਣਾਈ ਜਾਂਦੀ ਹੈ। ਡੰਡੀ ਕੀ ਇਹ ਅਜੀਬ ਗੱਲ ਨਹੀਂ ਹੈ ਕਿ ਰਣਨੀਤੀ ਦੇ ਇੰਨੀ ਮਹੱਤਵਪੂਰਨ ਹੋਣ ਦੇ ਬਾਵਜੂਦ ਅਸੀਂ ਰਾਜਨੀਤੀ ਦੇ ਰਾਜਨੀਤਿਕ ਪਹਿਲੂਆਂ ਉੱਤੇ ਗੰਭੀਰਤਾ ਨਾਲ ਕਦੇ ਵਿਚਾਰ ਹੀ ਨਹੀਂ ਕੀਤੀ। ਮੀਡੀਆ ਵਿੱਚ ਉਹਨਾਂ ਨੂੰ ਮਹਿਜ਼ ਮਾਸਟਰ ਸਟ੍ਰੋਕ ਕਰਕੇ ਕੰਮ ਚਲਾ ਲਿਆ ਜਾਂਦਾ ਹੈ ਪਰ ਮਾਸਟਰ ਸਟ੍ਰੋਕ ਤਾਂ ਸਿਰਫ ਇੱਕ ਚਤੁਰਾਈ ਭਰੀ ਚਾਲ ਹੀ ਹੋ ਸਕਦੀ ਹੈ। ਇੱਕ ਰਣਨੀਤੀ ਤਾਂ ਬਹੁਤ ਸਾਰੇ ਮਾਸਟਰ ਸਟ੍ਰੋਕ ਤੋਂ ਮਿਲ ਕੇ ਬਣਦੀ ਹੈ। ਡੰਡੀ
ਨਰਿੰਦਰ ਮੋਦੀ ਵੱਲੋਂ ਨਵੰਬਰ ਵਿੱਚ ਕੀਤੀ ਗਈ ਅਚਾਨਕ ਨੋਟਬੰਦੀ ਇੱਕ ਅਜਿਹਾ ਕਦਮ ਸੀ ਜਿਸ ਦੇ ਆਰਥਿਕ, ਸਮਾਜਿਕ, ਮਨੋਵਿਗਿਆਨ, ਰਾਜਨੀਤਿਕ ਅਤੇ ਸੰਗਠਨ ਪਹਿਲੂ ਸਨ। ਡੰਡੀ ਇਹਨਾਂ ਦਾ ਮਕਸਦ ਫੌਰੀ ਦੇ ਨਾਲ ਨਾਲ ਦੂਰਗਾਮੀ ਵੀ ਸੀ। ਡੰਡੀ ਨੋਟਬੰਦੀ ਨਾਲ ਪੈਦਾ ਹੋਈ ਤਕਲੀਫ ਦੇ ਹਫੜਾ ਦਫੜੀ ਰਾਹੀਂ ਮੋਦੀ ਨੇ ਦੋ ਵਿਧਾਨ ਸਭਾ ਚੋਣਾਂ, ਦਿੱਲੀ ਅਤੇ ਬਿਹਾਰ ਵਿੱਚ ਹੋਈ ਪਾਰਟੀ ਦੀ ਜ਼ਬਰਦਸਤ ਹਾਰ ਨਾਲ ਆਪਣੀ ਲੀਡਰਸ਼ਿਪ ਉੱਤੇ ਛਾਏ ਸ਼ੰਕਾ ਦੇ ਬੱਦਲਾਂ ਨੂੰ ਚਰਚਾ ਤੋਂ ਬਾਹਰ ਕਰਨ ਦਾ ਫੌਰੀ ਟੀਚਾ ਵਿੰਨਿਆ। ਡੰਡੀ ਉਹਨਾਂ ਨੇ ਸਮਾਜ ਵਿੱਚ ਅਮੀਰ ਗਰੀਬ ਦੀ ਵਰਗ ਵੰਡ ਨੂੰ ਤਿੱਖਾ ਕਰਦੇ ਹੋਏ ਖੁਦ ਨੂੰ ਗਰੀਬਾਂ ਦੇ ਨੇੜੇ ਦਿਖਾਇਆ। ਡੰਡੀ ਇਸ ਦੇ ਨਾਲ ਹੀ ਆਰਥਿਕ ਵਟਾਂਦਰੇ ਦੇ ਬਿਲਕੁਲ ਨਵੇਂ